ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਜੀ ਦਾ ਬਹੁਤ ਧੰਨਵਾਦ ਹੈ ਕਿ ਆਪ ਜੀ ਦਾਸ ਨੂੰ ਨਿਮਾਣੇ ਨੂੰ ਮਾਣ ਬਖਸ਼ਦੇ ਹੋ। ਇਹ ਜੋ ਆਪ ਜੀ ਦੇ ਪ੍ਰਸ਼ੰਸਾ ਦੇ ਬੋਲ ਹਨ, ਇਹ ਮੇਰੇ ਵਾਸਤੇ ਕਾਫੀ ਉਤਸ਼ਾਹ ਪੈਦਾ ਕਰਦੇ ਨੇ, ਪ੍ਰੇਰਨਾ ਦਿੰਦੇ ਨੇ। ਅਤੇ ਜੋ ਮੇਰੇ ਅੰਦਰ ਪ੍ਰੇਰਨਾ ਹੈ, ਜੋ ਲਿਖਣ ਦੀ ਇੱਛਾ ਹੈ, ਉਸ ਨੂੰ ਹੋਰ ਵੀ ਬਲ ਮਿਲਦਾ। ਗੁਰੂ ਨਾਨਕ ਸਾਹਿਬ ਜੀ ਦੀ ਜੋ ਬਾਣੀ ਬਾਰੇ, ਜਪਜੀ ਸਾਹਿਬ ਬਾਰੇ ਮੈਨੂੰ ਪ੍ਰੇਰਨਾ ਦਿੱਤੀ ਗਈ ਹੈ। ਬਹੁਤ ਵੱਡਾ ਉੱਦਮ ਹੈ, ਗੁਰੂ ਮਹਾਰਾਜ ਆਪ ਹੀ ਬਖਸ਼ਿਸ਼ ਕਰਨਗੇ, ਆਪਾਂ ਇਸ ਦੇ ਭਾਵਾਂ ਨੂੰ ਸਮਝਾਂਗੇ। ਜਪਜੀ ਸਾਹਿਬ ਇਹ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ। ਜਿਹੜਾ ਜਪਜੀ ਨੂੰ ਸਮਝ ਜਾਵੇ, ਉਹ ਗੁਰੂ ਗ੍ਰੰਥ ਸਾਹਿਬ ਸਾਰੇ ਨੂੰ ਸਮਝ ਜਾਂਦਾ ਹੈ। ਇਹਦਾ ਨਾਂ ਜਪ ਹੈ ਬਾਣੀ ਦਾ। ਜੀ ਅਸੀਂ ਸਤਿਕਾਰ ਵੱਲੋਂ ਲਗਾਉਂਦੇ ਹਾਂ, ਪਹਿਲਾ ਅੱਖਰ ਇੱਕ ਹੈ, ਇੱਕ ਓਂਕਾਰ। ਪਰਮਾਤਮਾ ਇੱਕ ਹੈ, ਇੱਕ ਸ਼ਬਦ ਲਾ ਕੇ ਗੁਰੂ ਨਾਨਕ ਦੇਵ ਜੀ ਨੇ ਸਾਰਾ ਦੇਵਤਾਵਾਦ, ਅਵਤਾਰਵਾਦ ਦਾ ਖੰਡਨ ਕਰਤਾ, ਤਾਂ ਕਿ ਅਸੀਂ ਉਸ ਇੱਕ ਨਾਲ ਜੁੜ ਸਕੀਏ। ਓਂਕਾਰ, ਓਂਕਾਰ ਦਾ ਮਤਲਬ ਹੈ ਵਿਆਪਕ। ਪਰਮਾਤਮਾ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ 'ਚ ਵਿਆਪਕ ਹੈ। ਜੋ ਵੀ ਅਸੀਂ ਅੱਖਾਂ ਨਾਲ ਵੇਖਦੇ ਹਾਂ, ਇਹ ਸਭ ਕੁਝ ਕਦੀ ਨਹੀਂ ਸੀ। ਅਰਬਦ ਨਰਬਦ ਤੰਦੂਕਾਰਾ, ਅਰਬਾਂ ਖਰਬਾਂ ਸਾਲ ਹੋ ਗਏ, ਇੱਥੇ ਤੰਦੂਕਾਰ ਸੀ। ਧਰਨਾ ਗਗਨਾ ਹੁਕਮ ਅਪਾਰਾ, ਨਾ ਧਰਤੀ ਸੀ ਨਾ ਆਕਾਸ਼ ਸੀ, ਸਿਰਫ ਰੱਬ ਦਾ ਹੁਕਮ ਵਰਦਾ ਸੀ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਣ ਸਮਾਧ ਲਗਾਏ ਦਾ। ਪਿਆਰੀ ਸਾਧ ਸੰਗਤ, ਕੋਈ ਸਮਾਂ ਸੀ, ਧਰਤੀ 'ਤੇ ਕੁਛ ਵੀ ਨਹੀਂ ਸੀ। ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ, ਸਿਰਫ ਇੱਕ ਆਦਿ ਸ਼ਕਤੀ ਸੁਣ ਸਮਾਧੀ 'ਚ ਬੈਠੀ ਸੀ। ਉਸ ਵੇਲੇ ਉਸ ਆਦਿ ਸ਼ਕਤੀ ਦੇ ਦਿਲ ਵਿੱਚ ਖਿਆਲ ਆਇਆ, ਜਾਂ ਤਿਸ ਭਾਣਾ ਤਾਂ ਜਗਤ ਉਪਾਇਆ। ਉਹ ਜਿਹੜੀ ਸ਼ਕਤੀ ਸੁਣ ਸਮਾਧੀ ਲਾ ਕੇ ਬੈਠੀ ਸੀ, ਜਿਹਨੂੰ ਅਸੀਂ ਰੱਬ ਕਹਿ ਦਿੰਦੇ ਹਾਂ ਜਾਂ ਗੋਡ ਕਹਿ ਦਿੰਦੇ ਹਾਂ, ਉਹਨੂੰ ਭਾਣਾ, ਉਹਨੂੰ ਮਰਜ਼ੀ ਹੋਈ ਉਹਦੀ, ਤਾਂ ਜਗਤ ਪਾਇਆ। ਉਹਦੀ ਮਰਜ਼ੀ 'ਚੋਂ, ਉਹਦੀ ਇੱਛਾ 'ਚੋਂ ਜਗਤ ਪੈਦਾ ਹੋ ਗਿਆ। ਇਹ ਇਸ ਧਰਤੀ ਦੀ ਸਾਜਨ ਦੀ ਕਹਾਣੀ ਹੈ ਜੋ ਗੁਰੂ ਨਾਨਕ ਨੇ ਸੁਣਾਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਜਾਂ ਤਿਸ ਭਾਣਾ ਤਾਂ ਜਗਤ ਪਾਇਆ, ਬਾਜ ਕਲਾ ਆਡਾਨ ਰਹਾਇਆ, ਆਕਾਸ਼ ਟਿਕਾ ਦਿੱਤਾ, ਇਹਦੇ ਥੱਲੇ ਕੋਈ ਵੀ ਥੰਮ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ। ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏ ਦਾ। ਫਿਰ ਦੇਵੀ ਦੇਵਤੇ ਪੈਦਾ ਕੀਤੇ, ਬ੍ਰਹਮਾ ਵਿਸ਼ਨੂ ਮਹੇਸ਼, ਔਰ ਦੁਨੀਆ ਦੇ ਅੰਦਰ ਮਾਇਆ ਦਾ ਮੋਹ ਲਗਾ ਦਿੱਤਾ, ਤਾਂ ਕਿ ਦੁਨੀਆ ਚੱਲਦੀ ਰਹੇ, ਕੋਈ ਨਾ ਕੋਈ ਦਿਲਚਸਪੀ ਬਣੀ ਰਹੇ। ਓਂਕਾਰ ਉਹ ਵਿਆਪਕ ਹੋ ਗਿਆ, ਏਕ ਸੀ ਅਨੇਕ ਹੋ ਗਿਆ। ਹੁਣ ਅਸੀਂ ਉਹ ਮੂਮੈਂਟ ਜਿਹੜਾ, ਉਹ ਪਲ ਜਦੋਂ ਦੁਨੀਆ ਬਣੀ ਹੈ, ਅਸੀਂ ਉਹਨੂੰ ਭੁੱਲ ਗਏ ਹਾਂ। ਅਤੇ ਹੁਣ ਇਹ ਜਿਹੜਾ ਅਨੇਕ ਤਰ੍ਹਾਂ ਦੀ ਦੁਨੀਆ, ਅਨੇਕ ਤਰ੍ਹਾਂ ਦੇ ਮਜ਼ਹਬ, ਅਨੇਕ ਤਰ੍ਹਾਂ ਦੀਆਂ ਬੋਲੀਆਂ, ਅਨੇਕ ਦੇਸ਼, ਬ੍ਰਹਿਮੰਡ ਇੱਕ ਸੀ,
ਹੁਣ ਵੰਡਿਆ ਗਿਆ, ਹੁਣ ਮਨੁੱਖ ਆ ਗਏ ਮੋਹ ਦੇ ਅਧੀਨ ਬਣ ਦਿੱਤੇ ਗਏ। ਧਰਤੀ ਇੱਕ ਮਾਂ ਸੀ, ਹੁਣ ਕਈ ਮਾਵਾਂ ਬਣ ਗਈਆਂ। ਹੁਣ ਅਮਰੀਕਾ ਦੀ ਧਰਤੀ ਇਹ ਧਰਤੀ ਅਮਰੀਕਾ ਦੀ ਮਾਂ ਹੈ, ਭਾਰਤ ਦੀ ਧਰਤੀ ਭਾਰਤ ਦੀ ਮਾਂ ਹੈ, ਹੁਣ ਮਾਵਾਂ ਵੀ ਵੰਡੀਆਂ ਗਈਆਂ, ਅਸਲੀ ਤਾਂ ਇੱਕੋ ਮਾਂ ਹੈ ਧਰਤੀ। ਸੋ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਇੱਕ ਸੀ ਓਅੰਕਾਰ ਹੋ ਗਿਆ, ਵਿਆਪਕ ਹੋ ਗਿਆ, ਕਰਤਾ ਉਹ ਦੁਨੀਆਂ ਦਾ ਸਾਜਣ ਵਾਲਾ ਹੈ, ਪੁਰਖ ਉਹ ਪਰਮਾਤਮਾ ਵੱਡਾ ਪੁਰਖ ਹੈ, ਨਿਰਭਉ। ਦੇਖੋ ਪਰਮਾਤਮਾ ਦੇ ਮੁਕਾਬਲੇ ਦੀ ਕੋਈ ਵੀ ਸ਼ਕਤੀ ਨਹੀਂ ਹੈ, ਇਸ ਕਰਕੇ ਉਹਨੂੰ ਕੋਈ ਭੈ ਨਹੀਂ ਹੈ। ਭੈ ਤਾਂ ਹੋਵੇ ਜੇ ਉਹਦੇ ਮੁਕਾਬਲੇ ਦਾ ਕੋਈ ਪੈਰਲਲ ਬੰਦਾ ਖੜਾ ਹੋਵੇ। ਦੇਅਰ ਇਜ਼ ਨੋ ਪੈਰਲਲ ਟੂ ਗਾਡ, ਕੋਈ ਸਾਨੀ ਨਹੀਂ ਹੈ। ਨਿਰਭਉ ਨਿਰਵੈਰ, ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ। ਸਾਡੇ ਲਈ ਇਹ ਜਿਹੜੇ ਗੁਣ ਤਾਂ ਬਿਆਨ ਕੀਤੇ ਨੇ ਗੁਰੂ ਨਾਨਕ ਸਾਹਿਬ ਨੇ, ਵੀ ਅਸੀਂ ਵੀ ਇੱਦਾਂ ਦੇ ਬਣਨਾ ਹੈ। ਜੇ ਉਹ ਨਿਰਭਉ ਹੈ, ਅਸੀਂ ਵੀ ਨਿਰਭਉ ਬਣਨਾ ਹੈ। ਜੇ ਉਹ ਨਿਰਵੈਰ ਹੈ ਤੇ ਅਸੀਂ ਵੈਰ ਨਹੀਂ ਰੱਖ ਸਕਦੇ, ਨਹੀਂ ਰੱਖ ਸਕਦੇ। ਜੇ ਰੱਖਾਂਗੇ ਫਿਰ ਉਹਨੂੰ ਨਿਰਵੈਰ ਕਹਿਣਾ ਛੱਡ ਦਿਓ। ਜੇ ਕਹਿੰਦੇ ਹਾਂ ਵੀ ਉਹ ਨਿਰਵੈਰ ਹੈ, ਫਿਰ ਕਹਿਣ ਦਾ ਤਾਂ ਹੀ ਫਾਇਦਾ ਜੇ ਆਪ ਵੀ ਨਿਰਵੈਰ ਹੋਈਏ। ਅਕਾਲ, ਉਹ ਕਾਲ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ। ਮੂਰਤ, ਉਹ ਸਾਰਿਆਂ ਦੇ ਵਿੱਚ ਮੂਰਤ ਰੂਪ ਵਿੱਚ ਵਿਆਪਕ ਹੈ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਸੈਭੰਗ, ਪਰਮਾਤਮਾ ਸੈਲਫ ਡਿਪੈਂਡੈਂਟ ਹੈ, ਆਤਮ ਨਿਰਭਰ ਹੈ। ਪਰਮਾਤਮਾ ਨੂੰ ਕਿਸੇ ਆਧਾਰ ਦੀ ਜ਼ਰੂਰਤ ਨਹੀਂ ਹੈ, ਉਹ ਆਪਣੇ ਆਪ ਤੋਂ ਹੈ। ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਆਪਣੇ ਯਤਨਾਂ ਨਾਲ ਨਹੀਂ। ਗੁਰੂ ਦੀ ਇਸ ਵਾਸਤੇ ਲੋੜ ਹੈ ਕਿ ਕਿਤੇ ਮਨੁੱਖ ਨੂੰ ਹੰਕਾਰ ਨਾ ਹੋ ਜਾਏ ਕਿ ਮੈਂ ਆਪ ਹੀ ਰੱਬ ਨੂੰ ਮਿਲ ਸਕਦਾ ਹਾਂ। ਗੁਰੂ ਦੀ ਕਿਰਪਾ ਨਾਲ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹਦਾ ਅਨੁਭਵ ਹੋ ਸਕਦਾ, ਕਿਉਂਕਿ ਪਰਮਾਤਮਾ ਦੀ ਕੋਈ ਸ਼ਕਲ ਨਹੀਂ ਹੈ ਵੀ ਅਸੀਂ ਉਹਨੂੰ ਫੜ ਲੈਣਾ। ਭਾਈ ਵੀਰ ਸਿੰਘ ਨੇ ਇੱਕ ਰਵਾਈ ਲਿਖੀ ਹੈ, ਉਹ ਕਹਿੰਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਇਹ ਪਰਮਾਤਮਾ ਤੁਹਾਡੇ ਸੁਪਨੇ 'ਚ ਦਰਸ਼ਨ ਹੋ ਗਏ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾ ਗਲਵਕੜੀ ਪਾਈ ਅਤੇ ਨਿਰਾ ਨੂਰ ਤੁਸੀਂ ਹੱਥ ਨਾ ਆਏ ਅਤੇ ਸਾਡੀ ਕੰਬਦੀ ਰਹੀ ਕਲਾਈ। ਜਦੋਂ ਦੇਖਿਆ ਰੱਬ ਦੇ ਦਰਸ਼ਨ ਹੋਏ ਨੇ ਅਤੇ ਕਹਿੰਦੇ ਨੇ ਮੈਂ ਯਤਨ ਕੀਤਾ ਵੀ ਰੱਬ ਨੂੰ ਗਲਵਕੜੀ 'ਚ ਲੈ ਲਵਾਂ, ਪਰ ਉਹ ਰੱਬ ਨਿਰਾ ਨੂਰ ਸੀਗਾ। ਇਸ ਕਰਕੇ ਸਾਡੀਆਂ ਕਲਾਈਆਂ ਕੰਬਦੀਆਂ ਰਹਿ ਗਈਆਂ। ਪਰਮਾਤਮਾ ਇੱਕ ਅਨੁਭਵ ਹੈ, ਇੱਕ ਫੀਲਿੰਗ ਹੈ, ਅਹਿਸਾਸ ਦਾ ਨਾਮ ਹੈ, ਆਪਣੇ ਆਪ ਤੋਂ ਪਾਰ ਜਾਣ ਦਾ ਨਾਮ ਹੈ, ਸਾਰੇ ਬ੍ਰਹਿਮੰਡ ਨਾਲ ਇਕਸੁਰ ਹੋਣ ਦਾ ਨਾਮ ਹੈ। ਇੱਕ ਕਵੀ ਹੋਇਆ ਪ੍ਰੋਫੈਸਰ ਪੂਰਨ ਸਿੰਘ, ਕਵੀ ਹੋਏ ਨੇ ਪੰਜਾਬ ਦੇ, ਕਹਿੰਦੇ ਜੇ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਨੇ ਨਹੀਂ ਪੜ੍ਹਿਆ ਸਿੱਖ ਨੇ ਤਾਂ ਉਹਦਾ ਜੀਵਨ ਵੀ ਅਧੂਰਾ ਹੀ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਬਈ ਆਹ ਜਿਹੜੇ ਬੱਦਲ ਨੇ ਨਾ, ਇਹ ਬੱਦਲ ਕੀ ਨੇ? ਕਹਿੰਦਾ ਇਹ ਬੱਦਲ ਮੇਰੇ ਹੀ ਕੇਸ ਬਿਖਰ ਰਹੇ ਹਨ। ਆਓ ਆਪਾਂ ਆਹ ਜਿਹੜੇ ਦੋ ਟੰਗਾਂ ਵਾਲੇ, ਦੋ ਬਾਹਾਂ ਵਾਲੇ ਮਨੁੱਖ ਨੇ, ਇਹਨਾਂ ਵਿੱਚ ਕਈ ਕਿਸਮ ਦੇ ਮਨੁੱਖ ਨੇ, ਐਸੇ ਮਨੁੱਖ ਵੀ ਹਨ ਜਿਹੜੇ ਬੱਦਲਾਂ ਨੂੰ ਕਹਿੰਦੇ ਨੇ ਮੇਰੇ ਕੇਸ ਬਿਖਰ ਰਹੇ ਹਨ। ਕੀ ਸਾਡੇ ਦਿਲ 'ਚ ਇੱਦਾਂ ਦਾ ਵਿਚਾਰ ਆਇਆ ਕਦੀ? ਕੋਈ ਆ ਸਕਦਾ, ਪਰ ਆਪਣੀ ਸੋਚ ਨੂੰ ਵਿਸ਼ਾਲ ਕਰਨਾ ਪਏਗਾ, ਕੁਦਰਤ ਨਾਲ ਦੋਸਤੀ ਲਾਉਣੀ ਪਏਗੀ। ਇਹ ਬੱਦਲ ਕੀ ਹਨ? ਕਹਿੰਦਾ ਮੇਰੇ ਹੀ ਕੇਸ ਬਿਖਰ ਰਹੇ। ਚੰਦ ਕੀ ਹੈ? ਮੇਰੇ ਹੀ ਵਾਲਾਂ ਵਿੱਚ ਲਟਕਿਆ ਇੱਕ ਹੀਰਾ ਹੈ।
ਜੇ ਗੁਰੂ ਨਾਨਕ ਸਾਹਿਬ ਗਾਇਆ ਸੀ ਗੁਰੂ ਨਾਨਕ ਨੇ ਗਗਨ ਮੈਂ ਥਾਰ ਰਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਕੌਣ ਗਾਉਂਦੇ ਨੇ ਇਸ ਤਰ੍ਹਾਂ ਦੀਆਂ ਰਚਨਾਵਾਂ ਕੌਣ ਰਚਦੇ ਨੇ ਜਿਹੜੇ ਕੁਦਰਤ ਨਾਲ ਮਿਲੇ ਹੋਏ ਨੇ ਜਿਹੜੇ ਇਸ ਦੁਨੀਆਂ ਦੇ ਪਦਾਰਥਾਂ ਦੇ ਚੱਕਰ ਤੋਂ ਪਾਰ ਹਨ ਗੁਰੂ ਸਾਹਿਬ ਕਹਿ ਰਹੇ ਨੇ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅੱਗੇ ਬਾਣੀ ਦਾ ਸਿਰਲੇਖ ਲਿਖਿਆ ਜਪ ਆਦਿ ਸੱਚ ਉਹ ਪਰਮਾਤਮਾ ਦੁਨੀਆਂ ਦੇ ਆਰੰਭ ਵਿੱਚ ਸੱਚ ਸੀ ਆਦਿ ਮੈਨੇ ਆਰੰਭ ਜੁਗਾਦ ਜਦੋਂ ਯੁੱਗ ਸ਼ੁਰੂ ਹੋਏ ਉਦੋਂ ਵੀ ਪਰਮਾਤਮਾ ਦੀ ਹੋਂਦ ਅਟਲ ਸੀ ਹੈ ਵੀ ਸੱਚ ਹੁਣ ਵੀ ਪਰਮਾਤਮਾ ਦੀ ਹੋਂਦ ਅਟਲ ਹੈ ਨਾਨਕ ਹੋਸੀ ਵੀ ਸੱਚ ਭਵਿੱਖਤ ਵਿੱਚ ਜਿਹੜਾ ਸਮਾਂ ਆਉਣਾ ਉਦੋਂ ਵੀ ਰੱਬ ਦੀ ਸ਼ਕਤੀ ਨੇ ਅਟਲ ਰਹਿਣਾ ਆਹ ਜਿਹੜੀਆਂ ਹੋਂਦਾਂ ਨੇ ਆਹ ਜਿਹੜੇ ਜੀਵ ਨੇ ਇਹ ਆਉਂਦੇ ਜਾਂਦੇ ਰਹਿੰਦੇ ਨੇ ਉਸ ਪਰਮਾਤਮਾ ਵਿੱਚੋਂ ਹੀ ਆਉਂਦੇ ਜਾਂਦੇ ਰਹਿੰਦੇ ਅਤੇ ਉਸ ਪਰਮਾਤਮਾ ਵਿੱਚ ਹੀ ਸਮਾਉਂਦੇ ਰਹਿੰਦੇ ਉਹ ਸੋਮਾ ਹੈ ਹਰ ਇਨਸਾਨ ਦਾ ਉਹ ਸੋਰਸ ਹੈ ਉਹਦੇ ਵਿੱਚੋਂ ਸਾਰੀ ਦੁਨੀਆ ਪੈਦਾ ਹੋ ਰਹੀ ਹੈ ਜਿਸ ਤਰ੍ਹਾਂ ਅੱਗ ਦੀਆਂ ਚਿੰਗਾਰੀਆਂ ਅੱਗ 'ਚੋਂ ਨਿਕਲਦੀਆਂ ਨੇ ਅੱਗ ਵਿੱਚ ਸਮਾ ਜਾਂਦੀਆਂ ਧੂੜ ਮਿੱਟੀ ਦੀ ਉੱਡਦੀ ਹੈ ਧੂੜ ਦੇ ਕਿਣਕੇ ਫਿਰ ਮਿੱਟੀ ਸਮਾ ਜਾਂਦੇ ਨੇ ਪਾਣੀ ਦੀਆਂ ਲਹਿਰਾਂ ਉੱਠਦੀਆਂ ਹਨ ਪਾਣੀ ਵੀ ਸਮਾ ਜਾਂਦੀਆਂ ਇਸ ਤਰ੍ਹਾਂ ਅਸੀਂ ਲੋਕ ਇਹ ਸਾਰੀ ਦੁਨੀਆ ਬ੍ਰਹਿਮੰਡ ਦੇ ਜੀਵ ਸਾਰੀ ਦੁਨੀਆ 'ਤੇ ਉਹਦੇ 'ਚੋਂ ਪੈਦਾ ਹੁੰਦੇ ਹਨ ਉਹਦੇ ਵਿੱਚ ਸਮਾ ਜਾਂਦੇ ਹਨ ਨਾਨਕ ਹੋਸੀ ਵੀ ਸੱਚ ਇੱਥੇ ਅੱਗੋਂ ਪੌੜੀ ਪਹਿਲੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋ ਗਈ ਜੇ ਸੋਚੀ ਲਿਖਵਾ ਤੀਰਥਾਂ 'ਤੇ ਜਾਂਦੇ ਹਾਂ ਸੁੱਚ ਕਰਨ ਲਈ ਪਵਿੱਤਰ ਕਰਨ ਲਈ ਗੁਰੂ ਸਾਹਿਬ ਕਹਿੰਦੇ ਨੇ ਭਾਵੇਂ ਲੱਖਾਂ ਵਾਰੀ ਤੀਰਥਾਂ 'ਤੇ ਚਲੇ ਜਾਓ ਫਿਰ ਵੀ ਪੂਰੀ ਤਰ੍ਹਾਂ ਮਨ ਦੀ ਸੁੱਚ ਨਹੀਂ ਹੋ ਸਕਦੀ ਮਨ ਪਵਿੱਤਰ ਨਹੀਂ ਹੋ ਸਕਦਾ ਜੇ ਤੀਰਥ ਦੇ ਨਾਲ ਹੀ ਮਨ ਪਵਿੱਤਰ ਹੋਣਾ ਹੋਵੇ ਤਾਂ ਸਾਰੇ ਲੋਕ ਤੀਰਥਾਂ ਜਾਂਦੇ ਹੁਣ ਅੰਮ੍ਰਿਤਸਰ ਸ਼ਹਿਰ ਜਿਹੜਾ ਸਾਰੀ ਦੁਨੀਆ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰਦੀ ਅੰਮ੍ਰਿਤਸਰ ਸ਼ਹਿਰ ਦੇ ਤਾਂ ਵਾਸੀ ਬਹੁਤ ਜਾਂਦੇ ਹੋਣਗੇ ਤੀਰਥਾਂ 'ਤੇ ਜਾਣ ਨਾਲ ਪਾਣੀ ਜਿਹੜਾ ਉਹ ਸਾਡੇ ਸਰੀਰ ਦੇ ਮੈਲ ਲਾ ਸਕਦਾ ਜਲ ਧੋਵੇ ਬਹੁ ਦੇ ਅਨੀਤ ਸ਼ੁੱਧ ਕਾਹਾਂ ਹੋਏ ਕਾਚੀ ਭੀਤ ਆ ਕੱਚੀ ਭੀਤ ਹੈ ਮਿੱਟੀ ਦਾ ਸਰੀਰ ਬਣਿਆ ਹੋਇਆ ਕੱਚਾ ਸਰੀਰ ਕੱਚੀ ਕੰਧ ਮਿੱਟੀ ਦੀ ਬਣੀ ਹੋਈ ਕਿਵੇਂ ਸ਼ੁੱਧ ਹੋ ਜਾਏਗੀ ਭਾਵੇਂ ਲੱਖਾਂ ਵਾਰੀ ਇਹਨੂੰ ਧੋ ਲਓ ਗੁਰੂ ਸਾਹਿਬ ਕਹਿੰਦੇ ਨੇ ਬਈ ਸੋਚੇ ਸੋਚ ਨਾ ਹੋ ਬਈ ਲੱਖਾਂ ਵਾਰੀ ਸੋਚ ਕਰਨ ਨਾਲ ਇਹ ਦੇਹੀ ਪਾਪਾਂ ਤੋਂ ਪਵਿੱਤਰ ਨਹੀਂ ਹੋ ਸਕਦੀ ਭਾਵੇਂ ਲੱਖਾਂ ਵਾਰੀ ਸੋਚ ਕਰੀ ਜਾਓ ਇਸ਼ਨਾਨ ਕਰਾਈ ਜਾਓ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ ਲਿਵਤਾਰ ਹੁੰਦੀ ਸਮਾਧੀ ਭਾਵੇਂ ਕਿੰਨੀਆਂ ਸਮਾਧੀਆਂ ਲਾ ਲਓ ਪਰ ਫਿਰ ਵੀ ਮਨ ਚੁੱਪ ਨਹੀਂ ਕਰਦਾ ਮਨ ਦਾ ਸ਼ੋਰ ਜਾਰੀ ਰਹਿੰਦਾ ਉੱਪਰੋਂ ਹੋ ਸਕਦਾ ਇਨਸਾਨ ਮੌਨ ਵਰਤ ਰੱਖ ਲਵੇ ਪਰ ਅੰਦਰ ਵਿਕਾਰਾਂ ਦਾ ਸ਼ੋਰ ਨਹੀਂ ਖਤਮ ਹੋ ਸਕਦਾ ਗੁਰੂ ਸਾਹਿਬ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਪੁਰੀਆਂ ਹੁੰਦੀਆਂ ਨੇ ਇਲਾਕੇ ਨੇ ਪੰਜਾਬ ਇੰਡੀਆ ਦੇ ਚਾਰ ਪੁਰੀਆਂ ਮਸ਼ਹੂਰ ਨੇ ਮਿਸਾਲ ਦੇ ਤੌਰ 'ਤੇ ਜਗਨਨਾਥ ਪੁਰੀ ਇਹ ਪੁਰੀ ਹੈ ਇੱਦਾਂ ਹੋਰ ਵੀ ਕਈ ਪੁਰੀਆਂ ਨੇ ਉਹਨਾਂ ਭਾਰ ਮੈਨੇ ਪਦਾਰਥ ਸਾਰੇ ਵੱਡੇ ਪੁਰੀ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਪਦਾਰਥ ਇਕੱਠੇ ਕਰ ਲਓ ਬੰਦੇ ਦੇ ਅੱਗੇ ਰੱਖ ਦਿਓ ਉਹਦੀ ਫਿਰ ਵੀ ਭੁੱਖ ਪੂਰੀ ਨਹੀਂ ਹੁੰਦੀ ਪਰਮਾਤਮਾ ਦੀ ਭੁੱਖ ਜਿਹੜੀ ਹੈ ਉਹ ਵੀ ਪੂਰੀ ਨਹੀਂ ਹੁੰਦੀ ਚਾਰ ਸ਼ਹਿਰਾਂ ਦੇ ਭਾਰ ਪਦਾਰਥ ਲੱਦ ਕੇ ਲਿਆਂਦੇ ਜਾਣ
ਤਾਂ ਵੀ ਭੁੱਖੇ ਮਨੁੱਖ ਦੀ ਭੁੱਖ ਪੂਰੀ ਨਹੀਂ ਹੋ ਸਕਦੀ। ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾ। ਕਿੰਨੀਆਂ ਸਿਆਣਪਾਂ ਇਕੱਠੀਆਂ ਕਰ ਲਓ, ਹਜ਼ਾਰਾਂ ਸਿਆਣਪਾਂ, ਕਈ ਵਾਰੀ ਉਹ ਕੋਈ ਵੀ ਸਿਆਣਪ ਕੰਮ ਨਹੀਂ ਦਿੰਦੀ। ਕਿੰਨਾ ਬੰਦਾ ਸਿਆਣਾ, ਮਸਲੇ ਹੱਲ ਨਹੀਂ ਹੁੰਦੇ, ਫਿਰ ਸਭ ਪਾਸੇ ਗੁੰਝਲਾਂ ਹੀ ਗੁੰਝਲਾਂ, ਸਾਰੇ ਇਨਸਾਨਾਂ 'ਚ ਝਗੜੇ ਹੀ ਝਗੜੇ, ਕਿਤੇ ਸਰਹੱਦਾਂ ਦੇ ਝਗੜੇ, ਕਿਤੇ ਧਰਮ ਦੇ ਝਗੜੇ, ਸਭ ਪਾਸੇ ਰਗੜੇ ਝਗੜੇ ਹੀ ਝਗੜੇ ਚੱਲ ਰਹੇ ਨੇ। ਹਾਲਾਂਕਿ ਸਿਆਣਪਾਂ ਕਿੰਨੀਆਂ ਹਨ, ਕਿਤਨੇ ਵੇਦ ਹਨ, ਕਿਤਨੇ ਗ੍ਰੰਥ ਹਨ, ਕਿਤਨੀਆਂ ਫਿਲਾਸਫੀ ਦੀਆਂ ਕਿਤਾਬਾਂ ਨੇ, ਹਰ ਦੇਸ਼ ਵਿੱਚ ਫਿਲਾਸਫਰ ਬੈਠੇ ਨੇ, ਮਸਲਾ ਹੱਲ ਹੀ ਕੋ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਨੇ ਸਹਿਸ ਸਿਆਣਪ ਲੱਖ ਹੋਏ, ਲੱਖਾਂ ਸਿਆਣਪਾਂ ਇਕੱਠੀਆਂ ਕਰ ਲਓ ਤੇ ਕਈ ਵਾਰੀ ਇੱਕ ਨਹੀਂ ਵੀ ਨਾਲ ਚੱਲਦੀ, ਤੇ ਫਿਰ ਕੀ ਕਰੀਏ। ਨਾ ਤਾਂ ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਤੀਰਥਾਂ 'ਤੇ ਜਾਣ ਨਾਲ ਮਸਲਾ ਹੱਲ ਹੁੰਦਾ, ਮਨ ਫਿਰ ਪਾਪੀ ਦਾ ਪਾਪੀ, ਮਨ ਫਿਰ ਅਸ਼ੁੱਧ ਦਾ ਅਸ਼ੁੱਧ, ਤੇ ਜੇ ਸਮਾਧੀ ਲਾਉਂਦੇ ਹਾਂ ਤੇ ਮਨ ਦਾ ਸ਼ੋਰ ਜਿਹੜਾ ਕਾਮ ਕ੍ਰੋਧ ਵਿਕਾਰਾਂ ਦਾ ਸ਼ੋਰ, ਉੱਦਾਂ ਹੀ ਸ਼ੋਰ ਪਈ ਜਾਂਦਾ। ਭੁੱਖਿਆਂ ਦੀ ਭੁੱਖ ਨਹੀਂ ਲਹਿੰਦੀ, ਸਿਆਣਪਾਂ ਕੰਮ ਨਹੀਂ ਕਰਦੀਆਂ। ਕਿਹੜਾ ਰਸਤਾ ਅਪਣਾਈਏ ਗੁਰੂ ਜੀ? ਗੁਰੂ ਜੀ ਕਹਿੰਦੇ ਨੇ ਕਿਵ ਸੱਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ। ਸੱਚਿਆਰਾ ਦਾ ਮਤਲਬ ਹੈ ਕਿ ਉਹ ਸੱਚੇ ਰੱਬ ਦਾ ਰੂਪ ਕਿਵੇਂ ਬਣੀਆਂ, ਕਿਵੇਂ ਅਸੀਂ ਉਹਦੇ ਵਿੱਚ ਅਭੇਦ ਹੋਵੀਏ, ਸਾਡਾ ਤੇ ਉਹਦਾ ਫਰਕ ਕਿਵੇਂ ਮਿਟੇ। ਸਵਾਲ ਹੈ ਕਿਵੇਂ ਰੱਬ ਨਾਲ ਮਿਲੀਏ। ਅੜੀ ਤੁਕੂੜ ਦੀ ਪੰਧ ਹੈ, ਇੱਕ ਕੰਧ ਹੈ, ਪਾਲ ਮੈਨੇ ਕੰਧ, ਇਹ ਕੂੜ ਝੂਠ ਦੀ ਕੰਧ ਜਿਹੜੀ ਬੰਦੇ ਦੇ ਅੰਦਰ ਉਸਰ ਗਈ ਹੈ, ਅਗਿਆਨ ਦੀ ਕੰਧ, ਨਜ਼ਰ ਨਹੀਂ ਆ ਰਿਹਾ ਪਰਮਾਤਮਾ ਹੈ ਅੰਦਰ ਹੀ ਹੈ। ਜਿਵੇਂ ਇਹ ਹੁਣ ਕੰਧ ਤੁਹਾਡੇ ਸਾਹਮਣੇ ਹੈ, ਇਹ ਕੰਧ ਤੋਂ ਪਾਰ ਅਸੀਂ ਨਹੀਂ ਦੇਖ ਸਕਦੇ। ਅੰਦਰ ਸਾਡੇ ਕੰਧ ਹੈ, ਅੰਦਰ ਹੀ ਰੱਬ ਦਾ ਵਿਚਾਰ ਹੈ, ਰੱਬ ਦਾ ਅਨੁਭਵ ਹੈ, ਪਰ ਇੱਕ ਅਗਿਆਨ ਦੀ ਕੰਧ ਆ ਗਈ, ਹੋਮੇ 'ਚ ਆ ਗਿਆ ਬੰਦਾ। ਬੰਦੇ ਨੇ ਆਪਣੀ ਇੱਕ ਹੋਰ ਹੀ ਹੋਂਦ ਉਸਾਰ ਲਈ ਕਿ ਮੈਂ ਵੀ ਕੁਛ ਹੈਗਾ। ਹਰ ਬੰਦਾ ਕਹਿੰਦਾ ਮੈਂ ਵੀ ਕੁਛ ਹੈਗਾ, ਹੈ ਤਾਂ ਰੱਬ ਹੀ ਹੈ ਨਾ। ਰੱਬ ਦੇਖੋ, ਅਸੀਂ ਰੱਬ ਦੁਆਰਾ ਪੈਦਾ ਹੋਏ, ਪ੍ਰਾਣ ਉਹਨੇ ਦਿੱਤੇ, ਜੀਵਨ ਉਹਨੇ ਦਿੱਤਾ, ਹੁਣ ਮਾਤਾ ਦੇ ਗਰਭ ਦਾ ਇੱਕ ਸਾਧਨ ਬਣ ਗਿਆ ਦੁਨੀਆਂ ਦੇ ਜਨਮ ਲੈਣ ਦਾ। ਜਦੋਂ ਬੰਦਾ ਜੰਮਦਾ ਹੈ ਮਾਤਾ ਦੇ ਗਰਭ ਵਿੱਚ, ਬੰਦਾ ਦਾ ਆਰੰਭ ਹੁੰਦਾ, ਪਰ ਉਹਦੇ ਅੰਦਰ ਜੋ ਸ਼ਕਤੀ ਆਉਂਦੀ ਕਿਸੇ ਹੋਰ ਪਾਰਲੇ ਮੁਲਕ ਤੋਂ ਆਉਂਦੀ ਹੈ, ਰੱਬ ਵੱਲੋਂ ਆਉਂਦੀ ਹੈ, ਅਤੇ ਬੰਦਾ ਜਿਹੜਾ ਉਹ ਆਪਣੀ ਹੋਂਦ ਉਸਾਰ ਕੇ ਬਹਿ ਜਾਂਦਾ, ਮੈਂ ਹੋਰ ਹਾਂ ਅਤੇ ਰੱਬ ਹੋਰ ਹੈ, ਇੱਥੇ ਭੇਚ ਹੀ ਦੁਨੀਆ ਜੀਵਨ ਗੁਜ਼ਾਰ ਜਾਂਦੀ, ਮੈਂ ਵੱਖਰੀ ਹੋਂਦ ਹਾਂ। ਇਹੀ ਕੂੜ ਹੈ, ਇਹੀ ਅਗਿਆਨ ਹੈ। ਅਸੀਂ ਮਹਿਸੂਸ ਇਹ ਕਰਨਾ ਬਈ ਮੈਂ ਤਾਂ ਕੁਛ ਵੀ ਨਹੀਂ ਹਾਂ, ਮੇਰੇ ਅੰਦਰ ਉਹਦੀ ਪ੍ਰਾਣ ਨੇ, ਉਹਦੀ ਸੋਚ ਹੈ, ਉਹਦਾ ਵਿਕਾਸ ਕੀਤਾ ਹੋਇਆ, ਉਹਨੇ ਸਰੀਰ ਬਣਾਇਆ, ਜੀਓ ਪਿੰਡ ਸਭ ਰਾਸ ਤਿਸੇ ਕੀ, ਇਹ ਪੂੰਜੀ ਹੈ ਉਹਦੀ, ਜਿੰਦ ਹੈ, ਸਰੀਰ ਹੈ, ਇਹ ਉਹਦੀ ਪੂੰਜੀ ਹੈ। ਮਾਰੇ ਆਪ ਜਵਾਲੇ, ਮਾਰਦਾ ਵੀ ਹੋਈ ਜਵਾਲਦਾ ਵੀ ਹੋਈ ਹੈ। ਹੁਣ ਬੰਦਾ ਕੀ ਸਮਝਦਾ, ਮੇਰੀ ਪੂੰਜੀ ਹੈ, ਮੇਰਾ ਸਰੀਰ ਹੈ, ਮੇਰਾ ਘਰ ਹੈ, ਉਹ ਬਈ ਇਹ ਤਾਂ ਮੇਲਾ ਹੈ। ਰਾਜਾ ਮਜਾਰਾ ਸਾਹਿਬ ਨਾਭ ਕੰਵਲ, ਸ਼੍ਰੀ ਰਾਜਾ ਮਜਾਰਾ ਸਾਹਿਬ ਵੱਲ ਕਹਿੰਦੇ ਨੇ ਕਿ ਨੇਕੀ ਤੂੰ ਕਮਾਇ ਲੈ ਦਾਸ ਭਗਵਾਨ ਦਾਸ, ਮੇਲਾ ਚੰਦ ਰੋਜ਼ ਵਸਾਹੋ ਨਹੀਂ ਫੂਕਦਾ, ਜਾਗ ਜਾਗ ਮੁਸਾਫਰਾ ਤੂੰ ਹੋਸ਼ ਕਰ, ਕਾਲ ਦਾ ਨਗਾਰਾ ਮੌਤ ਦਾ ਤਮਾਚਾ,
तेरे नेड़े आया शूक दा अखियां उगाड़ देख आलस नू त्याग देख ओ काल दा नगारा तेरे सिर पर कूक दा नेकी तू कमाए लै दास भगवान दास मेला चंद रोज बसाहो नहीं फूक दा कदे कदे पता नहीं कदों फूक निकल जानी बंदे दी संतां दीआं गल्लां सिद्धियां स्पष्ट होंदियां ने कहंदे ने नेकी करो कोई पता नहीं कदों सद्दा आ जाना है ये जिहड़ी होंद बंदे ने उसार रही है ਇਹ ਹੋਂਦ ਆਪਣੀ ਵੱਖਰੀ ਜਿਹੜੀ ਹੈ ਇਹੀ ਹੈ ਕੂੜ ਦੀ ਪਾਲ ਕੰਧ ਇਹਨੂੰ ਹੀ ਆਪਾਂ ਢਾਉਣਾ ਹੈ ਇਹ ਕਿਵੇਂ ਟੱਠੇਗੀ ਕਿਵੇਂ ਸੱਚੇ ਬਣਾਂਗੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਚੱਲੀਏ ਉਹਦੀ ਰਜ਼ਾ 'ਚ ਰਹੀਏ ਜੋ ਪਰਮਾਤਮਾ ਚਾਹੁੰਦਾ ਹੈ ਉਹ ਕਰੀਏ ਪਰਮਾਤਮਾ ਕੀ ਚਾਹੁੰਦਾ ਸਰਬੱਤ ਦਾ ਭਲਾ ਪਰਮਾਤਮਾ ਦਾ ਜਿਹੜਾ ਹੁਕਮ ਮੰਨਣਗੇ ਨਾ ਲੋਕ ਉਹ ਸਰਬੱਤ ਦਾ ਭਲਾ ਕਰਨਗੇ ਜੋ ਪਰਮਾਤਮਾ ਦੀ ਮਰਜ਼ੀ ਉਹ ਸਿੱਖ ਦੀ ਮਰਜ਼ੀ ਜੋ ਪਰਮਾਤਮਾ ਦਾ ਖਿਆਲ ਉਹ ਸਿੱਖ ਦਾ ਖਿਆਲ ਜੋ ਪਰਮਾਤਮਾ ਦੇ ਸੋਚਣ ਦਾ ਢੰਗ ਉਹ ਸਿੱਖ ਦੇ ਸੋਚਣ ਦਾ ਢੰਗ ਹੁਕਮ ਰਜਾਈ ਚੱਲਣਾ ਬਈ ਉਹਦੇ ਹੁਕਮ ਵਿੱਚ ਚੱਲਣਾ ਹੈ ਹੁਕਮ ਕੀ ਹੈ ਰੱਬ ਦਾ ਸਰਬੱਤ ਦਾ ਭਲਾ ਰੱਬ ਕੋਈ ਇਹ ਨਹੀਂ ਕਹਿੰਦਾ ਵੀ ਆਹ ਧਰਤੀ ਦਾ ਹਿੱਸਾ ਜਿਹੜਾ ਵੀ ਆਹ ਧਰਤੀ ਦਾ ਹਿੱਸਾ ਡਿਵੈਲਪ ਹੋ ਜਾਏ ਅਤੇ ਆਹ ਧਰਤੀ ਦਾ ਹਿੱਸਾ ਅਨਡਿਵੈਲਪ ਹੋ ਜਾਏ ਰੱਬ ਚਾਹੁੰਦਾ ਸਾਰੇ ਖੁਸ਼ਹਾਲੀ ਹੋਵੇ ਸਾਰਾ ਬ੍ਰਹਿਮੰਡ ਇੱਕ ਹੈ ਪਰਮਾਤਮਾ ਦਾ ਹੁਕਮ ਮੰਨਣ ਤੋਂ ਭਾਵ ਹੈ ਕਿ ਪਰਮਾਤਮਾ ਦੇ ਅਨੁਸਾਰ ਕਰਮ ਕਰਨੇ ਪਰਮਾਤਮਾ ਦੀ ਮਰਜ਼ੀ ਅਨੁਸਾਰ ਕਰਮ ਚੱਲਣੇ ਆਪਣੀ ਇੱਛਾ ਨੂੰ ਰੱਬ ਦੀ ਇੱਛਾ ਵਿੱਚ ਢਾਲ ਦੇਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਣ ਸਵਾਲ ਇਹ ਹੈ ਪਤਾ ਕਿਵੇਂ ਲੱਗੇ ਕਿ ਰੱਬ ਦਾ ਹੁਕਮ ਕੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਦੇਖ ਬਈ ਬੰਦਿਆ ਤੇਰੀ ਜ਼ਮੀਰ ਵਿੱਚ ਨਾਲ ਹੀ ਤੇਰੇ ਹੁਕਮ ਲਿਖ ਦਿੱਤਾ ਰੱਬ ਇਟ ਹੈਜ਼ ਬੀਨ ਪ੍ਰਿੰਟਡ ਇਨ ਯੂਅਰ ਇਨਰ ਹਾਰਟ ਤੇਰੇ ਅੰਤੇ ਕਰਨ ਵਿੱਚ ਰੱਬ ਦਾ ਹੁਕਮ ਲਿਖਤਾ ਜਿਵੇਂ ਚੋਰ ਚੋਰੀ ਕਰਦਾ ਨਾ ਉਹਦੇ ਦਿਲ 'ਚ ਇੱਕ ਵਾਰੀ ਜ਼ਰੂਰ ਖਿਆਲ ਆਉਂਦਾ ਕੰਮ ਮਾੜਾ ਵੀ ਇਹ ਨਾ ਕਰ ਬੇਈਮਾਨ ਬੇਈਮਾਨੀ ਕਰਦਾ ਜ਼ਰੂਰ ਖਿਆਲ ਆ ਜਾਂਦਾ ਆਹ ਕੰਮ ਹਟ ਉਹ ਜਿਹੜਾ ਅੰਦਰੋਂ ਆਵਾਜ਼ ਆਉਂਦੀ ਨਾ ਉਹੀ ਰੱਬ ਦੀ ਆਵਾਜ਼ ਹੁੰਦੀ ਆ ਨਾਨਕ ਲਿਖਿਆ ਨਾਲ ਨਾਲ ਲਿਖਿਆ ਗਿਆ ਹੁਕਮ ਦੂਰ ਨਹੀਂ ਹੈ ਅੰਦਰ ਹੀ ਦਿਲਾਂ ਕਾ ਮਾਲਕ ਕਰੇ ਹਾਕ ਇੱਕ ਹੋ ਜਾਵੇ ਗੁਰੂ ਸਾਹਿਬ ਨੇ ਲਿਖਿਆ ਉਹ ਬਈ ਦਿਲਾਂ ਦਾ ਮਾਲਕ ਜਿਹੜਾ ਅੰਦਰੋਂ ਹਾਕ ਮਾਰਦਾ ਇਹ ਨਾ ਕੰਮ ਕਰੀ ਇਹ ਖੱਡੇ ਡਿੱਗ ਪੈਂਗਾ ਆਹ ਦੋ ਨੰਬਰ ਦਾ ਕੰਮ ਨਾ ਕਰੀ ਆਹ ਡਰੱਗ ਨਾ ਵੇਚੀ ਸਮਗਲਿੰਗ ਨਾ ਕਰੀ ਪਰ ਲੋਕ ਕੀ ਕਰਦੇ ਕਿਉਂਕਿ ਜਿਹੜਾ ਪਦਾਰਥ ਜਿਹੜਾ ਮਾਇਆ ਜਿਹੜੀ ਹੈ ਉਹ ਕੀਮਤੀ ਹੈ ਜੀਵਨ ਕੀਮਤੀ ਨਹੀਂ ਜੀਵਨ ਮੁਫ਼ਤ 'ਚ ਮਿਲ ਗਿਆ ਨਾ ਬੰਦੇ ਸਾਨੂੰ ਜੀਵਨ ਮੁਫ਼ਤ ਮਿਲਿਆ ਕੋਈ ਕੀਮਤ ਨਹੀਂ ਦੇਣੀ ਪਈ ਇਸ ਕਰਕੇ ਇਸ ਜੀਵਨ ਨੂੰ ਅੰਜਾਈ ਗਵਾ ਦਿੰਦਾ ਪਦਾਰਥਾਂ ਦੇ ਪਿੱਛੇ ਲੱਗ ਕੇ ਅੰਦਰਲੀ ਜਿਹੜੀ ਆਵਾਜ਼ ਹੈ ਉਹ ਰੱਬ ਦਾ ਹੁਕਮ ਹੈ ਉਸ ਹੁਕਮ ਨੂੰ ਨਹੀਂ ਮੰਨਦਾ ਔਰ ਇਸ ਕਰਕੇ ਜੀਵਨ ਦੇ ਵਿੱਚ ਨੁਕਸਾਨ ਉਠਾਉਂਦਾ ਹੈ ਗੁਰੂ ਸਾਹਿਬ ਦੂਸਰੀ ਪੌੜੀ ਵਿੱਚ ਹੁਕਮ ਦੀ ਵਿਆਖਿਆ ਕਰਦੇ ਹਨ ਹੁਕਮੀ ਹੋਵਨ ਆਕਾਰ ਜਿਤਨੇ ਮਨੁੱਖਾਂ ਦੇ ਆਕਾਰ ਬਣੇ ਨੇ ਮਨੁੱਖਾਂ ਦੀਆਂ ਸ਼ਕਲਾਂ ਦੇ ਆਕਾਰ ਹਨ ਇਹ ਸਾਰੇ ਰੱਬ ਦੇ ਹੁਕਮ ਦੇ ਨਿਯਮ ਦੇ ਅਨੁਸਾਰ ਬਣੇ ਹਨ ਹੁਕਮ ਨਾ ਕਹਿਆ ਜਾਈ ਹੁਕਮ ਦੀ ਸ਼ਬਦਾਂ ਨਾਲ ਪੂਰੀ ਵਿਆਖਿਆ ਨਹੀਂ ਹੋ ਸਕਦੀ
ਹੁਕਮੀ ਹੋਵਨ ਜੀ, ਇਹ ਜਿੰਨੇ ਜੀਵ ਪੈਦਾ ਹੋ ਰਹੇ ਨੇ ਪ੍ਰਕਿਰਤੀ ਦੇ ਨਿਯਮ ਦੇ ਅਨੁਸਾਰ, ਉਸ ਰੱਬ ਦੇ ਬਣਾਏ ਹੁਕਮਾਂ ਅਨੁਸਾਰ ਪੈਦਾ ਹੋ ਰਹੇ ਨੇ। ਹੁਕਮ ਮਿਲੇ ਵਡਿਆਈ, ਦੁਨੀਆਂ 'ਚ ਵਡਿਆਈਆਂ ਮਿਲ ਰਹੀਆਂ, ਇਹਦੇ ਵਿੱਚ ਵੀ ਹੁਕਮ ਵਰਤ ਰਿਹਾ, ਨਿਯਮ ਵਰਤ ਰਿਹਾ। ਹੁਕਮ ਇਹਨੇ ਨਿਯਮ, ਹੁਣ ਜਿਹੜੇ ਬੰਦੇ ਠੀਕ ਦਿਸ਼ਾ 'ਤੇ ਕੰਮ ਕਰ ਰਹੇ ਨੇ ਉਹ ਵਡਿਆਈ ਪ੍ਰਾਪਤ ਕਰਨਗੇ। ਜਿਨ੍ਹਾਂ ਦੀ ਦਿਸ਼ਾ ਕਦੀ ਗਲਤ ਕਦੀ ਠੀਕ, ਕਦੀ ਜੈ ਜੈਕਾਰ ਅਤੇ ਕਦੀ ਇੱਟਾਂ ਰੋੜੇ ਪੈਂਦੇ ਨੇ ਕਈਆਂ ਨੂੰ, ਸਾਡੇ ਰਾਜਨੀਤਿਕ ਲੋਕ ਨੇ ਨਾ ਵੇਖ ਲਓ, 5-10 ਸਾਲ 'ਤੇ ਕਈਆਂ ਦੀ ਜੈ ਜੈਕਾਰ ਹੁੰਦੀ ਹੈ, ਅਗਲੇ 10 ਸਾਲ ਫਿਰ ਇੱਟਾਂ ਰੋੜੇ ਲੋਕਾਂ 'ਚ ਲੋਕ ਮਾਰਦੇ। ਵਡਿਆਈ ਗੁਰਸਿੱਖ ਜਿਹੜਾ ਉਹਦੀ ਤਾਂ ਵੀ ਸੇਵਕ ਕੀ ਓੜਕ ਨਿਭੀ ਪ੍ਰੀਤ, ਓੜਕ ਤੱਕ ਜੈ ਜੈਕਾਰ ਹੈ। ਗੁਰੂ ਦੇ ਸਿੱਖ ਗੁਰੂ ਦੇ ਹੁਕਮਾਂ ਦੇ ਵਿੱਚ ਅਨਸਾਰੀ ਲੋਕ ਜਿਹੜੇ ਨੇ ਉਹਨਾਂ ਦੀ ਜੈ ਜੈਕਾਰ ਸਦਾ ਲਈ ਹੁੰਦੀ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਉਹਨਾਂ ਨੂੰ ਮਾਣ ਮਿਲਦੇ ਨੇ ਹੁਕਮ ਦੇ ਅੰਦਰ। ਜਿਹੜੇ ਲੋਕ ਰੱਬੀ ਹੁਕਮਾਂ ਅਨੁਸਾਰ ਜੀਵਨ ਨੂੰ ਢਾਲ ਰਹੇ ਨੇ ਉਹ ਵਡਿਆਈਆਂ ਪ੍ਰਾਪਤ ਕਰਦੇ ਹਨ। ਹੁਕਮੀ ਉੱਤਮ ਨੀਚ, ਰੱਬ ਦੇ ਮਿੱਥੇ ਹੋਏ ਹੁਕਮਾਂ ਅਨੁਸਾਰ ਕੋਈ ਉੱਤਮ ਬਣ ਜਾਂਦਾ ਹੈ, ਕੋਈ ਨੀਚ ਬਣ ਜਾਂਦਾ ਹੈ। ਧਰਮ ਕਮਾਓ, ਧਰਮ ਕਮਾਵੇ ਤਿਸ ਦਾ ਨਾਂ ਧਰਮ ਹੋਵੇ, ਪਾਪ ਕਮਾਉਣੇ ਪਾਪੀ ਜਾਣੀਏ। ਜਿਹੜੇ ਧਰਮ ਕਮਾਉਂਦੇ ਨੇ ਧਰਮੀ ਖਵਾਉਂਦੇ ਨੇ, ਪਾਪ ਕਰਦੇ ਨੇ ਪਾਪੀ ਖਵਾਉਂਦੇ ਨੇ। ਇਹ ਤਾਂ ਜਿਹੋ ਜਿਹਾ ਪੁੰਨੀ ਪਾਪੀ ਆਖਣ ਨਾਹੇ, ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਰੱਬ ਨੇ ਨਿਯਮ ਬੰਨ ਦਿੱਤੇ ਨੇ, ਉਹਨਾਂ ਨਿਯਮਾਂ ਅਨੁਸਾਰ ਕੁਝ ਲੋਕ ਉੱਤਮ ਹੋ ਰਹੇ ਨੇ, ਕੁਛ ਨੀਚ ਹੋ ਰਹੇ ਨੇ। ਹੁਕਮ ਲਿਖ ਦੁੱਖ ਸੁੱਖ ਪਾਈ, ਹੁਕਮ ਦੇ ਅਨੁਸਾਰ ਹੀ ਜਿਹੋ ਜਿਹਾ ਮਨੁੱਖ ਕਰਮ ਕਰਦਾ ਉਹਦੇ ਅਨੁਸਾਰ ਉਸਨੂੰ ਦੁੱਖ ਔਰ ਸੁੱਖ ਮਿਲਦੇ ਨੇ। ਬਸ ਇਨਸਾਨ ਦਾ ਫਰਜ਼ ਹੈ ਉਹ ਜਾਗਦੇ ਹੋਏ ਜੀਵਨ ਦਾ ਸਫ਼ਰ ਕਰੇ, ਜਾਗ੍ਰਿਤ ਆਤਮਾ ਨਾਲ ਸਫ਼ਰ ਕਰੇ। ਹੀ ਮਸਟ ਬੀ ਕੌਨਸ਼ੀਅਸ, ਕਿਉਂਕਿ ਉਹ ਜਿਹੜਾ ਕਰਮ ਹੈ ਸਾਡਾ, ਕਰਮ ਦੇ ਅਨੁਸਾਰ ਫਲ ਮਿਲਣਾ। ਇਸ ਕਰਕੇ ਇੱਕ ਪੰਜਾਬ ਦੇ ਮਹਾਨ ਗੁਰਮਤਿ ਦੇ ਵਿਆਖਿਆਕਾਰ ਭਾਈ ਗੁਰਦਾਸ ਹੋਏ ਨੇ, ਉਹ ਕਹਿੰਦੇ ਨੇ ਕਿ ਵਿਸ਼ ਖਾ ਕੇ ਚੂਰੀ ਨਹੀਂ, ਚੂਰੀ ਦਾ ਸਵਾਦ ਨਹੀਂ ਆ ਸਕਦਾ, ਜ਼ਹਿਰ ਖਾ ਕੇ ਚੂਰੀ ਦਾ ਸਵਾਦ ਨਹੀਂ ਆਏਗਾ। ਗੁਰੂ ਸਾਹਿਬ ਆਖਦੇ ਨੇ ਇੱਕ ਨਾ ਹੁਕਮੇ ਬਖਸ਼ੀਸ਼, ਕਈ ਜਿਹੜੇ ਬੰਦੇ ਨੇ, ਇੱਕ ਨਾ ਮੈਨੇ ਕਈ ਲੋਕਾਂ ਨੂੰ ਹੁਕਮ ਦੇ ਅੰਦਰ ਬਖਸ਼ਿਸ਼ ਮਿਲਦੀ ਹੈ। ਇੱਕ ਹੁਕਮੇ ਸਦਾ ਪਵਾਈ ਹੈ, ਕਈ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ, ਭਟਕਣਾ ਕਈਆਂ ਦੇ ਕਰਮਾਂ 'ਚ ਲਿਖੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਕਰਮ ਇੱਦਾਂ ਦੇ ਨੇ। ਇਸ ਕਰਕੇ ਮਨੁੱਖ ਨੂੰ ਚਾਹੀਦਾ ਕਿ ਉਹ ਆਪਣੇ ਕਰਮ ਗਿਆਨਮਈ ਕਰੇ, ਗਿਆਨ ਦੇ ਥੱਲੇ ਰੱਖ ਕੇ ਦੁਨੀਆਂ ਦੇ ਕਰਮ ਕਰੇ, ਅਗਿਆਨੀ ਕਰਮ ਜਿਹੜੇ ਉਹਨੂੰ ਫਸਾ ਦੇਣਗੇ। ਗੁਰੂ ਸਾਹਿਬ ਆਖਦੇ ਨੇ ਹੁਕਮੇ ਅੰਦਰ ਸਭ ਕੋ, ਸਾਰਾ ਸੰਸਾਰ ਦੇ ਮਨੁੱਖ ਹੁਕਮ ਦੇ ਅੰਦਰ ਹਨ, ਜੋ ਜੋ ਬੀਜ ਰਹੇ ਨੇ ਉਹ ਫਲ ਖਾ ਰਹੇ ਨੇ। ਅਮਲ ਕਰ ਧਰਤੀ, ਗੁਰੂ ਸਾਹਿਬ ਕਹਿੰਦੇ ਨੇ ਅਮਲਾਂ ਦੀ ਧਰਤੀ ਬਣਾਓ, ਬੀਜ ਸ਼ਬਦੋ ਕਰ, ਬੀਜ ਸ਼ਬਦ ਦਾ ਬੀਜ ਪਾ ਦਿਓ, ਗਿਆਨ ਦਾ ਬੀਜ ਪਾ ਦਿਓ। ਹੁਣ ਆਪਾਂ ਕਿਸਾਨ ਲੋਕ ਆ, ਤੁਸੀਂ ਜ਼ਿਆਦਾ ਬੈਠੇ ਹੋ, ਜੋ ਜ਼ਮੀਨ 'ਚ ਆਪਾਂ ਪੈਂਦੇ ਹਾਂ ਉਹ ਹੀ ਉੱਗਦਾ ਹੈ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ, ਸੱਚ ਦਾ ਪਾਣੀ ਲਾ ਦਿਓ, ਸ਼ਬਦ ਦਾ ਬੀਜ ਪਾ ਦਿਓ। ਸਰੀਰ ਧਰਤੀ ਹੈ, ਸਰੀਰ ਵੀ ਖੇਤ ਹੈ, ਇਹਨੂੰ ਵੀ ਸਾਧਣਾ ਪੈਂਦਾ। ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ, ਇਹ ਧਰਤੀ ਨੂੰ ਸਾਧੋ। ਇਸ ਧਰਤੀ ਅੰਦਰ ਨਦੀਨ ਹੈ ਜਿਹੜਾ, ਉਹਨੂੰ ਬਾਹਰ ਕੱਢ ਕੇ ਸੁੱਟ ਦਿਓ,
ਵਾਧੂ ਜਜ਼ਬੇ ਜਿਹੜੇ ਨੇ ਵੈਰ ਵਿਰੋਧ ਈਰਖਾ ਪਾਟੋ ਢਾਣ ਨਫ਼ਰਤ ਨਿੰਦਾ ਚੁਗਲੀ ਐਰਾ ਵਗੈਰਾ ਨੱਥੂ ਖੈਰਾ ਚੀਜ਼ਾਂ ਜਿਹੜੀਆਂ ਅੰਦਰ ਜਮ੍ਹਾਂ ਹੋ ਗਈਆਂ ਇਹਨੂੰ ਸਾਫ਼ ਕਰਨਾ ਹੀ ਪੈਣਾ ਤਾਂ ਹੀ ਪਵਿੱਤਰ ਹੋਏਗਾ ਇਨਸਾਨ। ਗੁਰੂ ਗੋਬਿੰਦ ਸਿੰਘ ਨੇ ਆਖਿਆ ਗਿਆਨੇ ਕੀ ਵੱਢਣੀ, ਗਿਆਨ ਦੀ ਬੋਕਰ ਲੈ ਲਓ, ਗਿਆਨੇ ਕੀ ਵੱਢਣੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬਹਾਰੇ। ਜਿੰਨੀ ਕਾਇਰਤ ਹੈ, ਜਿੰਨਾ ਡਰਾਕਲ ਪੁਣਾ, ਜਿੰਨਾ ਡਰ ਹੈ, ਇਸ ਨੂੰ ਬਾਹਰ ਕੱਢ ਦਿਓ। ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਬਈ ਨਹੀਂ ਕੱਢਾਂਗੇ ਤਾਂ ਹੁਕਮੀ ਸਦਾ ਪਵਾਈਏ, ਸਦਾ ਭਟਕਦੇ ਰਹਿ ਜਾਵਾਂਗੇ। ਗੁਰੂ ਸਾਹਿਬ ਆਖਦੇ ਨੇ ਨਾਨਕ ਹੁਕਮੈ ਜੇ ਬੁਝੇ, ਜਿਹੜੇ ਲੋਕ ਹੁਕਮ ਨੂੰ ਬੁਝ ਲੈਂਦੇ ਨੇ ਉਹਨਾਂ ਦੀ ਹਉਮੈ ਮਰ ਜਾਂਦੀ। ਫਿਰ ਤਾਂ ਹਉਮਾ ਕਹਿ ਨਾ ਕੋਈ, ਹਉਮੈ ਦੀ ਆਵਾਜ਼ ਉਹੀ ਦੇ ਰਹੇ ਨੇ ਜਿਨ੍ਹਾਂ ਦੇ ਅੰਦਰ ਹੁਕਮ ਦੀ ਭਾਵਨਾ ਨਹੀਂ ਹੈ। ਜਦੋਂ ਹੁਕਮ ਸਮਝ ਲੱਗ ਗਿਆ ਉਦੋਂ ਅਸੀਂ ਕਦੇ ਵੀ ਹਉਮੈ ਦਾ ਨਾਂ ਲੈਣਾ ਬੰਦ ਕਰ ਦਿਆਂਗੇ। ਹਉਮੈ ਨੂੰ ਮਾਰਨਾ ਹੀ ਬਿਹਤਰ ਹੈ। ਹਾਂ, ਇਹ ਹੋ ਸਕਦਾ ਕਿ ਆਪਾਂ, ਕਿਉਂਕਿ ਹਉਮੈ ਤੋਂ ਬਿਨਾਂ ਵੀ ਕੋਈ ਜੀਵ ਰਹਿ ਨਹੀਂ ਸਕਦਾ, ਕਿਉਂਕਿ ਹਰ ਇੱਕ ਦੀ ਕੋਈ ਨਾ ਕੋਈ ਖੁਦੀ, ਕੋਈ ਨਾ ਕੋਈ ਵਿਕਾਸ ਤਾਂ ਕਰਨਾ ਹੀ ਕਰਨਾ। ਇਸ ਹਉਮੈ ਨੂੰ ਆਪਾਂ ਸੁੰਦਰ ਹਉਮੈ ਬਣਾ ਦਈਏ, ਬਿਊਟੀਫੁਲ। ਤੁਸੀਂ ਕਹੋਗੇ ਬਈ ਸੁੰਦਰ ਹਉਮੈ ਕਿਹੜੀ ਹੁੰਦੀ ਜੀ? ਸੁੰਦਰ ਹਉਮੈ ਉਹ ਹੈ ਜਿਹੜੀ ਲੋਕਾਂ ਦੀ ਸੇਵਾ 'ਚ ਲੱਗ ਗਈ। ਹੁਣ ਜਿਹੜੇ ਪ੍ਰਧਾਨ ਜੀ ਹੁੰਦੇ ਕਹਿੰਦੇ ਜੀ ਮੁੱਖ ਸੇਵਾਦਾਰ, ਬੜਾ ਸੋਹਣਾ ਸ਼ਬਦ ਚੁਣਿਆ ਗਿਆ ਹੈ ਕਿ ਇਹ ਮੁੱਖ ਸੇਵਾਦਾਰ ਨੇ। ਮੇਰਾ ਸਮਾਂ ਜਿਹੜਾ ਹੈ, ਮੇਰਾ ਖਿਆਲ ਹੋ ਰਿਹਾ ਮੈਂ 5 ਮਿੰਟਾਂ 'ਚ ਬਾਕੀ ਦਾ ਜੋ ਹੈ ਬਾਕੀ ਅਰਥ ਕਰ ਦਿੰਦਾ, 10 ਮਿੰਟ ਬਾਕੀ ਹਨ। ਗੁਰੂ ਸਾਹਿਬ ਆਖਦੇ ਨੇ ਹੁਕਮੀ ਸਦਾ ਪਵਾਈਏ, ਨਾਨਕ ਹੁਕਮੇ ਜੇ ਬੁਝੇ। ਜੇ ਹੁਕਮ ਦਾ ਗਿਆਨ ਹੋ ਗਿਆ ਹਉਮੈ ਕਹਿ ਨਾ ਕੋਈ, ਫਿਰ ਉਹ ਬੰਦਾ ਹਉਮੈ ਦੀ ਗੱਲ ਨਹੀਂ ਕਰੇਗਾ। ਉਹ ਕਹੇਗਾ ਮਹਾਰਾਜ ਜੋ ਕਰਾ ਰਿਹਾ ਗੁਰੂ ਕਰਾ ਰਿਹਾ, ਮੈਂ ਤਾਂ ਸਾਧਨ ਹਾਂ, ਮੈਂ ਤਾਂ ਮੀਡੀਅਮ ਹਾਂ, ਮੇਰੇ ਰਾਹੀਂ ਜੋ ਹੋ ਰਿਹਾ ਮੈਂ ਪਰਿਵਾਰ ਦੀ ਸੇਵਾ ਕਰ ਰਿਹਾ, ਮੇਰੇ ਰਾਹੀਂ ਪਰਮਾਤਮਾ ਮੇਰੇ ਰਾਹੀਂ ਸੇਵਾ ਕਰ ਰਿਹਾ। ਸਾਰਾ ਜੀਵਨ ਸੇਵਾ ਦੇ ਹਵਾਲੇ। ਦੇਖੋ ਸਿੱਖ ਗੁਰੂ ਸਾਹਿਬਾਨ ਦਾ ਜੀਵਨ ਦੇਖੋ, ਕਿਸੇ ਵੀ ਸਿੱਖ ਗੁਰੂ ਸਾਹਿਬਾਨ ਨੇ ਆਪਣਾ ਜੀਵਨ ਸਮਾਜ ਤੋਂ ਅਲੈਦਾ ਨਹੀਂ ਕੱਢਿਆ। ਸਮਾਜ ਵਿੱਚ ਰਹੇ ਨੇ, ਸਮਾਜ ਦੀਆਂ ਸਮੱਸਿਆਵਾਂ ਨਾਲ ਜੂਝਦੇ ਰਹੇ ਨੇ, ਕਿਸੇ ਨੇ ਪਿੱਠ ਨਹੀਂ ਫੇਰੀ, ਕੋਈ ਭਾਂਜਵਾਦੀ ਨਹੀਂ ਰਹੇ, ਭੱਜੇ ਨਹੀਂ ਜ਼ਿੰਮੇਵਾਰੀਆਂ ਤੋਂ। ਸਾਨੂੰ ਸੰਘਰਸ਼ਸ਼ੀਲ ਬਣਾਇਆ, ਗੁਰੂ ਸਾਹਿਬ ਨੇ ਸੰਘਰਸ਼ ਕੀਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ ਤਪੱਸਿਆ ਕੀਤੀ, ਪਰ ਉਹ ਤਪੱਸਿਆ ਕਿਸ ਤਰ੍ਹਾਂ ਦੀ ਤਪੱਸਿਆ ਸੀ ਕਿ ਉਹ ਆਪਣੇ ਆਪ ਨੂੰ ਸ਼ਹੀਦੀ ਲਈ ਤਿਆਰ ਕਰ ਰਹੇ ਸਨ। ਲੋਕਾਂ ਦੇ ਹਿੱਤ, ਲੋਕਾਂ ਦੀ ਦਿਲਚਸਪੀ, ਦੇਸ਼ ਵਾਸੀਆਂ ਦਾ ਪਿਆਰ, ਇੰਨਾ ਪਿਆਰ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਉਹ ਭਾਰਤ ਵਾਸੀਆਂ ਦੇ ਧਰਮ ਦੀ ਆਜ਼ਾਦੀ ਲਈ ਆਪਣਾ ਸਰੀਰ ਕੁਰਬਾਨ ਕਰਤਾ। ਹਿੱਤ ਹੈ, ਦਿਲਚਸਪੀ ਹੈ, ਜੀਵਨ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਦੀ ਭਾਵਨਾ ਹੈ। ਇਸੇ ਕਰਕੇ ਜਿੰਨੇ ਗੁਰਸਿੱਖ ਨੇ, ਗੁਰੂ ਨੂੰ ਮੰਨਣ ਵਾਲੇ, ਉਹ ਸੰਘਰਸ਼ਸ਼ੀਲ ਨੇ, ਉਹ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਨਜਿੱਠਦੇ ਨੇ, ਬੱਚਿਆਂ ਨੂੰ ਉੱਚੇ ਵਿੱਦਿਆ ਦਿੰਦੇ ਨੇ, ਉਹਨਾਂ ਲਈ ਇੱਕ ਐਸੇ ਸਾਧਨ ਮੁਹੱਈਆ ਕਰਦੇ ਨੇ, ਔਰ ਆਪ ਵੀ ਥਾਂ ਥਾਂ 'ਤੇ ਸੇਵਾ ਦੇ ਲੰਗਰ ਲਾਉਂਦੇ ਨੇ। ਆ ਗੁਰਦੁਆਰੇ ਜਿਹੜੇ ਤੁਸੀਂ ਸਿੱਖਾਂ ਨੇ ਬਣਾਏ ਨੇ, ਇਹ ਸੇਵਾ ਦੇ ਸਥਾਨ ਹਨ। ਸੇਵਾ ਚੱਲ ਰਹੀ ਹੈ, ਲੰਗਰਾਂ ਵਿੱਚ ਸੇਵਾ ਹੋ ਰਹੀ ਹੈ, ਗਿਆਨ ਦੇ ਲੰਗਰ ਵਰਤੇ ਜਾ ਰਹੇ ਨੇ। ਅੜੇ ਕਥਾ ਹੈ, ਇਹ ਗਿਆਨ ਦਾ ਲੰਗਰ ਹੈ, ਇਹ ਸ਼ਬਦ ਦੇ ਲੰਗਰ ਨੇ, ਦੋ ਹੀ ਲੰਗਰ ਨੇ। ਇੱਕ ਫੂਡ ਦਾ, ਅਨਾਜ ਦਾ ਲੰਗਰ ਹੈ, ਇੱਕ ਗਿਆਨ ਦਾ ਲੰਗਰ ਹੈ। ਇਹ ਦੋ ਲੰਗਰਾਂ ਨਾਲ ਜ਼ਿੰਦਗੀ ਜੋ ਹੈ ਸੰਪੂਰਨ ਹੁੰਦੀ ਹੈ। ਸੋ ਗੁਰੂ ਸਾਹਿਬ ਆਖਦੇ ਨੇ ਬਈ ਜਿਹੜੇ ਹੁਕਮ ਨੂੰ ਬੁਝ ਲੈਣਗੇ ਉਹ ਰੱਬ ਦੇ ਪ੍ਰਤੀਨਿਧ ਬਣ ਜਾਣਗੇ ਦੁਨੀਆ 'ਚ। ਮੈਨ ਸ਼ੁੱਡ ਰਿਪ੍ਰਜੈਂਟ ਗਾਡ ਔਨ ਦਿਸ ਅਰਥ। ਮਨੁੱਖ ਨੂੰ ਚਾਹੀਦਾ ਕਿ ਉਹ ਰੱਬ ਦਾ ਪ੍ਰਤੀਨਿਧ ਬਣੇ। ਰੱਬ ਹੀ ਤਾਂ ਹੈ, ਮਨੁੱਖ ਰੱਬ ਤੋਂ ਬਿਨਾਂ ਹੋਰ ਹੈ ਵੀ ਕੀ ਹੈ? ਜੇ ਰੱਬ ਸ਼ਕਤੀ ਖਿੱਚ ਲਵੇ ਮਨੁੱਖ ਕੁਛ ਵੀ ਨਹੀਂ ਹੈ। ਜਿਹੜੇ ਮਨੁੱਖ ਆਪਣੇ ਆਪ ਨੂੰ ਰਿਅਲਾਈਜ਼ ਕਰ ਗਿਆ,
जिन्हां ने अपना आपा पछाण लिया उन्हें कह दिता कि मेरे ते रब च भेद नहीं। मंसूर जिहड़ा उसने कहता मैं अनल हक, मैं रब दा रूप हाँ। गुरु अर्जन साहब कह रहे हैं नानक गुर खोए परम भंगा, हम ओए मिल होए एक रंगा। गुरु अर्जन साहब कहते हैं मैं ते रब एक रंग हाँ, सब मैं जो जो दै सोए। राजा जी मजारा साहब वाले कहते हैं दिल दे दिमाग दी दुरुस्ती दे नाल यार, बगल में सूरत पछाण दिलदार दी, तेरी बगल अंदर बैठा है बाहर भीतर एको जानो। ए गुर ज्ञान बताई बुले शाह आखद बुलिया शोत इथों वख नहीं पर वेखण वाली अख नहीं, बिन शोह दे दूजा कख नहीं, ताई जान जुदाइया सहदी है मूँह आए न मूँह आई बात न रहती है। असी की हाँ, असी रब दे प्रतिनिध हाँ, गॉड साढ़े राही दुनिया में काम कर रहा है। जिन्ने सूफी फकीर होए ने मंसूर अल हिलाज वर्गे वो कहिंदे ने रब ने चाया मैं प्रगट हो जावां, उन्हें मनुख बनाता है। असी सारिया शक्तियां दे वारस हाँ, गुरु नानक ने गुरु दसां गुरुआं ने सानू सारिया शक्तियां खालसे दे झोली पातियां ने। हुण अपने आप नूं रिलाइज़ करना है जिहड़े उहदे हुक्म नूं बुझ लैणगे वो अपनी ते रब दी बिथ मेड़ देणगे। इह बिथ ही है, घर घर खाइयां पै जांदियां ने, घर घर बिथां पै जांदियां ने, सक्के भरा दुश्मन बन जांदे ने, घरां दे झगड़े चल पैंदे ने। क्यों? बिथ पैदा हो जांदी है, होमे की दीवार खड़ी हो जाती। जेड़े हुक्म नूं बुझदे ने वह होमे की दीवार खड़ी नहीं करते। वो तो जंग मेला, यह चार दिन का रंग मेला है, रब के हुक्म नूं बुझदे हुए होमे का विनाश करते हुए। अपना रूप सारी दुनिया च देखना, साढ़े जिन्हें दुनिया दियां होंदा ने जिन्हें दुनिया के मनुख ने असी ही इन्हां दे विच भाई वाल हाँ। सबे सांझी वाल सदायन तू किसे न दसे बारा जीव। देखो किन्नी वधिया लाइन है, ऐ परमात्मा सारे बराबर ने, कई ने कई तू शब्द छड़ जांदे, वो तू शब्द जिहड़ा वरतना है तू, ऐ परमात्मा तू किसे तो बार नहीं है, तू दरियाओ सब तुझी माए, तू वड्डा दरिया है असी तेरे अंदर हाँ, तुझ बिन दूजा कोई ना है। प्यारी साध संगत ये साड़ी मंजिल है, इत्थों तक असी पहुँचना है। अपनी होंद नूं वख नहीं समझना, उहदे हुक्म नूं बुझ के नानक हुक्म है जे बुझे तां हो मैं कहे ना कोई। कोई बंदा अपनी वखरी होंद दी रट नहीं लगाएगा, वो कहेगा मेरे अंदर रब वरत रहा है, तुहाडे अंदर रब वरत रहा है, बाहर भीतर एको जानो ए गुरु ज्ञान बताई। गावे को तान ऐ रब्बा, कई लोग तेरे बल नूं गा रहे ने, तेरी शक्ति नूं गा रहे ने। होवे किसे तान, जिस किसे नूं कोई शक्ति मिली है वो तेरे शक्ति दा गुणगान कर रहा है। गावे को दात जाने निशान, कई लोग की रब दियां दातां दी गल्लां करी जांदे ने, बड़ा भाई दातां दे रहा है, दातां उसदा निशान हन। गावे को गुण वडियाईयां चार, कई लोग की करते ने परमात्मा दियां सुंदर वडियाईयां दा जिक्र करते ने, चार मैंने सुंदर उहदियां सुंदर वडियाईयां हन। उन्हें किन्ने बाग बगीचे लगाए ने, फुल पैदा किए ने, फल पैदा किए ने, कुदरत किन्नी हुसीन है, जो जो अखां नूं चंगा लगता है सारी रब ने बनाती ने। पता नहीं रब ने किस तरह सृष्टि की साजना की है, जिस चीज़ सानू चंगी लगती है वो साड़ी हाजिर कर देती है। गावे को गुण वडियाईयां चार, गावे को विद्या विखम विचार। कई जड़े खोजी ने वो औखे औखे विचार कर करके उन्हू गाउंदे ने, कई गाउंदे ने गावे को साज करे तनखे, भी रब जड़ा साजदा दुनिया नू, दूजा कहिंदा भाई साजदा भी आ पर तन नू खे भी बना दिंदा, मिट्टी भी बना दिंदा। गावे को साज, कई कहिंदे जी रब साज रहा है,
कई कहिंदे ने तन नूं मिट्टी च मिलाई जा रहा है, गावे को जी लै फिरदे, कई कहिंदे ने देखो रब जिहड़ा ना जिंदगी देंदा, तो दूजे कहिंदे ने जिंदगी देंदा भी है तो लै भी लैंदा। ही गिव्स लाइफ एंड ही टेक्स लाइफ, वो जीवन दे रहा है नाल ही जीवन लै रहा। गावे को जी लै फिर दे, गावे को जापै दिसे दूर। कई कहिंदे जी रब बहुत नेड़े है, बहुत नेड़े है। कई कहिंदे लै रब किसे वेख्या, कर लो हेरा फेरियां, वो तो बहुत दूर है, उन्हें किसे वेख्या हो फिर देखी जाऊ। कई किस्म दे दुनिया है, पर गुरु नानक साहब दी देखो तुसी आपां अंदाजा लाना, आपां अनुमान लाना है कि गुरु नानक साहब दा ज्ञान जिहड़ा किन्ना विशाल है। गुरु नानक साहब दी जो खोज है इस दुनिया की, इस ब्रह्मांड की, वो किन्ने छोटे छोटे शब्दों में इस दुनिया के बारे एक कमेंट्री करी जा रहे हैं। गावे को जापे दिसे दूर, गावे को वेखे हादरा हदूर। कई लोग गाते ने भी रब बड़ा नेड़े है, रब तो की बचा लोगे, अगो देखे पिछो देखे तुझ दे कहाँ छुपावे, भी अगे पिछे देख लोगे पर रब्बा तेरे तो कोई छुपा नहीं सकता। कई आखते ने अंतर बह के कर्म कमावे, सोचो कुंटी जानी है। अंदर बह के बंदा लुक के पतत कर्म करता है, पता नहीं किवें साधन इदा बन जाता है कि वह लुक के कीता कर्म चार कुंटों में प्रसिद्ध हो जाता। गावे को वेखे हादरा हदूर, कथना कथी ना आवे तोट। परमात्मा की वड्याई कथी नहीं जा सकती, कथ कथ कथी कोटि कोट कोट, करोड़ों लोग रब बारे ज्ञान करी जा रहे हैं। हजारा धर्म बने हुए ने, हजारा फिरके बने हुए ने, संप्रदावान बनिया ने, कोई ना कोई कथी जा रहे ने परमात्मा इदा नहीं इदा मिलेगा। मंजिल एक है पर रस्ते वक् वक् बयान किए जा रहे ने, पर इन्हों का अंत नहीं है। देंदा दे लेंदे थक पाए, परमात्मा दे ही जा रहा, दाता दे ही जा रहा है, जीवन दे ही जा रहा है, बंदे पैदा कर रहा है, दाता दे रहा है। लोग दाता खा खा के थक जाते हैं, जुगा जुगंतर खा ही खाए, जुगा जुगा तो मनुख जड़े ने धरती के पदार्थों सेवन करी जा रहे ने। हुक्मी हुक्म चलाए राहो, परमात्मा वड्डा हुक्म करन वाला है, उन्हें सारी दुनिया नू अपने हुक्मां दे अनुसार तोरिया होया है और अंदरों आवाज़ां दे दिंदा है। जदों बंदे गलत काम करदे ने अंदरों आवाज़ दे के रस्ता दिखाउंदा है, ऐ मनुख आ रस्ता गलत फड़ लग्या, आ रस्ता ठीक है, पर इंसान जिहड़ा है वह अंतशकरण की आवाज़ नू नहीं सुनता। हुक्मी हुक्म चलाए रहो, वह तो राह दस रहा है, वो तो अंदरों बोल रहा है, पर बंदे जड़े ने वो तो हक अंदरों मारदा है, पर इंसान जड़ा है वो उस रस्ते दी पदार्थों की लालच में आके उस रस्ते की पछाण नहीं करता। नानक विकसै बेपरवाह हो, रब साड़ी चिंता भी करता है, पर जे असी उसे कहना ना मनीए वह बेपरवाह भी बड़ा, वह फिर बेपरवाह हो जाता है, पर वो अपना कर्म नहीं छड़ता। बंदे नू सीधे राह पाउण दा फिर भी वह उड़ीकता है कि आ बंदा गुमराह हो गया, मेरा कहना नहीं मनिया। रब उड़ीकता रहिंदा वे किसे दिन सीधे रस्ते आ जाऊगा। रब बेपरवाह भी है, रब चिंता भी करता पर चिंता का वो मन पर कोई असर भी नहीं है। ये भी एक वे ऑफ लाइफ है कि तुसी चिंता भी करो अपने बच्चों की अपने समाज की, पर जे कोई नहीं मनता फिर अरदास करो भी कोई गल नहीं, ये ठीक हो जाएंगे। बेपरवाह भी रहना, चिंतावान भी करनिया, दुनिया के फर्ज भी भुगताने, पर जे कोई नहीं मनता तो यह मतलब ये नहीं कि बंदा जोड़ा हर वे गम ची रहने शुरू कर दे, फिर वो यतन परमात्मा जो है वह उड़ीकता रहा है कि कभी तो मेरा सेवक जोड़ा वो ठीक रस्ते आ जाएगा। इस करके परमात्मा बेपरवाह भी है, वह हमेशा खिड़िया
खेड़ा रहिंदा है, वो सत सुहान सदा मनचाओ रहिंदा है। परमात्मा जो है सदा चढ़दी कला, सदा विकास का नाम है, उहदे भगत भी विकास दे हन। नानक भगतां सदा विकास रहिंदे ने। आओ इन्ने शब्द पुराण करना, तीन पौड़ियां दे अर्थ होए ने, कल तो अगली पौड़ियां दा शुरू करांगे। आप जी का बहुत बहुत धन्यवाद, क्योंकि बाणी है बौद्धिक बाणी है। जपजी साहब ये वो बाणी नहीं है कि जिहड़ी जल्दी समझ लग जाए, पर देखो मनुख की महानता तो है कि औखियां चीज़ों आप समझिए, अपना टैस्ट समझिए, अपनी प्रीख्या समझिए, भाई आ जिहड़ी बाणी है असी समझ के छड़नी है। बंदा समझदा है, बंदे को माइंड दिता गया है, बंदा विकास कर सकता है। असली विकास बौद्धिक विकास है। एक विकास ये भी है कि साढ़े को चीज़ा होन, पदार्थ होन, पर एक विकास ये भी है कि साड़ी सूझ विकास करे, असी बलवान प्रतिभा बने, साड़ा जीनियस बने। इन्हें अक्षर प्रवान करना, हुई पलों की माफ़ी, शर पहली धनवार फतेह बुलाओ। वाहिगुरू जी का खालसा, वाहिगुरू जी का।